ਕੀ ਮਾਨ ਸਾਹਿਬ ਭ੍ਰਿਸ਼ਟਾਚਾਰ ਵਿਰੁੱਧ ਤੁਹਾਡੀ 0 ਟੋਲਰੈਂਸ ਹੈ 92 ਏਕੜ ਜ਼ਮੀਨ ਪ੍ਰਾਈਵੇਟ ਬੰਦਾ ਤੇ ਨਾਂ ਤੇ ਹੋ ਜਾਣੀ ਇਹਦੇ ਵਿੱਚ ਵੀ ਤਾਂ ਗੱਫੇ ਵੰਡੇ ਗਏ ਹੋਣਗੇ ਉਹ ਕਿੱਥੋਂ ਕਿੱਥੋਂ ਤੱਕ ਪਹੁੰਚੇ ਕਰੋਪੜਤਾਲ ਉਹਨਾਂ ਨੇ ਤਾਂ ਕਹਿਤਾ ਕਿ ਸਬੰਧਤ ਮੰਤਰੀ ਜਾਂ ਮੰਤਰੀਆਂ ਇਹਨਾਂ ਦੀ ਪੜਤਾਲ ਕਰੋ ਪੰਚਾਇਤ ਮਹਿਕਮੇ ਦੀ ਪੜਤਾਲ ਕਰੋ ਕਿ ਜਿਨ੍ਹਾਂ ਨੇ ਨੇਮ ਛਿੱਕੇ ਤੇ ਟੰਗ ਕੇ ਇਸ ਬੰਦੇ ਨੂੰ ਇੱਕ ਹਫ਼ਤੇ 'ਚ ਦੋ ਵਾਰ ਫੌਜਨਤ ਕਰਤਾ ਪਰਸੋਨਲ ਵਿਭਾਗ ਦੇ ਨਿਜਮ ਛਿੱਕੇ ਤੇ ਟੰਗ ਤੇ ਦੇਖੀ ਨਹੀਂ ਗਏ ਇਹਦਾ ਮਤਲਬ ਇਹ ਕਾਲਾ ਮਾਲਾ ਕਰਤ ਰੂਪ ਦੇ ਵਿੱਚ ਕਾਫੀ ਵੱਡਾ ਹੈ ਇਸ ਚੀਜ਼ ਨੇ ਸਰਕਾਰ ਦੇ ਅਕਸ ਨੂੰ ਢਾਹ ਲਾਈ ਹੈ ਇਸੇ ਕਰਕੇ ਤਾਂ ਹੁਣ ਇਹ ਚੱਲ ਰਹੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਕੁਝ ਮੰਤਰੀਆਂ ਦੀ ਛੰਟੀ ਹੋ ਸਕਦੀ ਹੈ ਕੁਝ ਨਵੇਂ ਚਿਹਰੇ ਆ ਸਕਦੇ ਹੈ ਅਵਰਿੰਦਰ ਸਿੰਘ ਰਾਜਾ ਬਣੰਗ ਦੇ ਵੇਲੇ ਕੁਝ ਬਾੜੀਆਂ ਦਾ ਮਾਮਲਾ ਆਇਆ ਸੀ ਪੀਆਰਟੀਸੀ ਦੀਆਂ ਬੱਸਾਂ ਦਾ ਰੋਡਵੇਜ ਦੀਆਂ ਬੱਸਾਂ ਦਾ ਉਹ ਕਲੀਅਰ ਹੋ ਗਿਆ। तमाम कसम ਦੇ દોਸ਼ ਉਹਨਾਂ ਨੇ ਲਾਏ ਨੇ। ਔਰ ਉਹ ਕਾਂਗਰਸ ਜਿੰਨਾ ਬਾਰੇ ਇਹ ਕਿਹਾ ਜਾਂਦਾ ਬੀਬੀ ਹਰਸੰਤ ਕੌਰ ਬਾਦਲ ਨੇ ਵੀ ਪਾਰਲੀਮੈਂਟ ਦੇ ਵਿੱਚ ਕਾਂਗਰਸ ਦੇ ਦੋਸ਼ ਲਾਏ ਨੇ ਕਿ ਕਾਂਗਰਸ ਦਾ 1984 ਦੇ ਜਿਹੜਾ ਕਤਲੇਆਮ ਉਹਦੀ ਦੋਸ਼ਣ ਹੈ। ਤੋਂ ਕਲੀਅਰ ਸਾਹਿਬ ਨੇ ਸਰਕਾਰ ਤੋਂ ਸਵਾਲ ਪੁੱਛਿਆ ਹੈ। ਕਿ ਜਿੰਨਾ ਕਾਂਗਰਸੀਆਂ ਦੇ ਪਿੱਛੇ ਹੁਣ ਤੱਕ ਤੁਸੀਂ ਇਹ ਕਹਿੰਦੇ ਸੀ ਕਿ ਇਹ ਤਾਂ ਭ੍ਰਿਸ਼ਟਾਚਾਰ ਦੀ ਮਾਂ ਨੇ ਉਹ ਸਾਰੇ ਦੁੱਧ-ਦੁੱਧ ਉੱਤੇ ਬਣ ਜਾਣਗੇ ਮੰਤਰੀ ਬਲਜੀਤ ਕੌਰ ਵੱਲੋਂ ਕਿਹਾ ਗਿਆ ਕਿ ਜਿਹੜੀਆਂ ਮਹਿਲਾਵਾਂ ਸਿਆਸਤ ਸਰਗਰਮੀਆਂ ਦੇ ਵਿੱਚ ਹਿੱਸਾ ਲੈਣ ਲੈਣ ਗਈਆਂ ਸੀ ਅੰਗਰਵਾੜੀ ਵਰਕਾਂ ਦੇ ਉੱਤੇ ਕਾਰਵਾਈ ਹੋਵੇਗੀ ਜੀ ਇਸ ਸਥਿਤੀ ਇਹੋ ਜੀ ਬਣ ਗਈ ਹੈ ਜਿਵੇਂ ਗੁਰਦਾਸ ਮਾਨ ਸਾਹਿਬ ਕਹਿੰਦੇ ਆ ਨਾ ਉਹ ਗੀਤ ਹੈ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਕਹਿੰਦੀ ਨਾਮ ਹੈ ਸਹਰਿਆਂ ਦਾ ਮੈਂ ਮਾਪਿਆਂ ਨੇ ਰੱਖੀ ਨਾਮ ਹੈ ਸਹਰਿਆਂ ਦੀ ਹੋਈ ਜੀ ਇਹ ਜਿਹੜੀਆਂ ਆਂਗਣਵਾੜੀ ਵਰਕਰ ਸਿਆਸੀ ਸਰਗਰਮੀਆਂ ਦੇ ਵਿੱਚ ਭਾਗ ਲੈਂਦੀਆਂ ਨੇ ਇਹਨਾਂ ਨੂੰ ਨੋਟਿਸ ਜਾਰੀ ਕਰਤੇ ਆ ਕਿ ਆਓ ਜਵਾਬ ਦਿਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲਾ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਐਮ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਸਵਾਗਤ ਕਰਦੇ ਹਾਂ ਟਿਲ ਸਾਹਿਬ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਟਿਲ ਸਾਹਿਬ ADC ਸਮੇਤ 8 ਅਫਸਰਾਂ ਦੇ ਉੱਤੇ ਕਾਰਵਾਈ ਹੋਈ ਹੈ ADC ਤੇ ਇਹਨੂੰ ਨਾਂ ਕਹੋ ਇਹ ਤਾਂ ਐਵੇਂ 3 ਦਿਨ ਵਾਸਤੇ ਲਿਆਂਦਾ ਗਿਆ ਸੀ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਉਹ ਕਹਿੰਦੇ ਆ ਵੀ ਸਾਡੀ 0 ਟੋਲਰੈਂਸ ਹੈ। ਆਮ ਤੌਰ ਤੇ ਬਹੁਤ ਕੁਝ ਸਰਕਾਰ ਦੇ ਜਾਣ ਤੋਂ ਬਾਅਦ ਬਾਹਰ ਆਉਂਦਾ ਹੁੰਦਾ। ਸਰਕਾਰਾਂ ਵੇਲੇ ਮਾਮਲਾ ਦਬ ਕੇ ਰਹਿ ਜਾਂਦਾ ਹੈ। ਇਹ ਮਾਮਲਾ ਪਠਾਨਕੋਟ ਜ਼ਿਲ੍ਹੇ ਦਾ ਹੈ। ਉੱਥੋਂ ਦਾ ਨਰੋਡ ਜੈਮਲ ਸਿੰਘ ਪਿੰਡ ਇਲਾਕਾ ਹੈ। ਉਹਦਾ ਪਿੰਡ ਆ ਕੇ ਗੋਲ 20 ਫਰਵਰੀ 2022 ਕਲਦੀਪ ਸਿੰਘ ਨਾਂ ਦਾ ਬੰਦਾ ਇੱਕ ਪੀਡੀਪੀਓ ਹੁੰਦਾ ਹੈ ਉਹਦੇ ਤੇ ਸਰਕਾਰ ਦੀ ਛਤਰਛਾਇਆ ਇੰਨੀ ਹੋ ਜਾਂਦੀ ਹੈ ਮਿਹਰਬਾਨ ਹੋ ਜਾਂਦੀ ਹੈ ਉਹਨੂੰ ਪਾਦਨਤ ਕਰਕੇ ਡੀਡੀਪੀਓ ਜ਼ਿਲ੍ਹਾ ਪ੍ਰਕਾਸ਼ ਤੇ ਪੰਚਾਇਤ ਅਫਸਰ ਬਣਾ ਦਿੱਤਾ ਜਾਂਦਾ ਹੈ ਇੱਥੇ ਹੀ ਵਸਨੀ ਦਿਨ ਤਿੰਨ ਲੰਘਦੇ 24 ਤਰੀਕ ਨੂੰ 24 ਫਰਵਰੀ 2023 ਨੂੰ ਮੰਤਰੀ ਲਾਲਚੰਦ ਕਟਾਰੂ ਚੱਕ ਸਾਹਿਬ ਇੱਕ ਡੀਓ ਲਿਖਦੇ ਆ ਪੰਚਾਇਤ ਮੰਤਰੀ ਨੂੰ ਜਾਂ ਉਹਨਾਂ ਦੇ ਵਿਭਾਗ ਨੂੰ ਕਿ ਇਹ ਬੰਦਾ ਈਡੀਸੀ ਵਾਸਤੇ ਫਿੱਟ ਹੈ ਹੁਣ ਜਿਹੜੀਆਂ ਪਰਤਾਂ ਖੁੱਲ ਰਹੀਆਂ ਨੇ ਉਹ ਉਸ ਖਦੋ ਵਰਗੀਆਂ ਨੇ ਜਿਹਦੇ ਵਿੱਚੋਂ ਲੀਰਾਂ ਦੀ ਸਰੇਹਾਨ ਮਾਰਦੀ ਹੈ ਕਹਿੰਦੇ ਕਿ ਪਰਸਨਲ ਵਿਭਾਗ ਦੇ ਜਿਹੜੇ ਨੇਮ ਨੇ ਉਹ ਇਹ ਬੰਦਾ ਪੂਰੇ ਹੀ ਨਹੀਂ ਕਰਦਾ ਪਤਾ ਲੱਗਿਆ ਕਿ 7 ਸਾਲ ਬੰਦਾ ਡੀਡੀਪੀਓ ਤੋਂ ਬਾਅਦ ਡਿਪਟੀ ਡਾਇਰੈਕਟਰ ਤੇ ਜੇ ਉਹਦੇ ਤੇ ਰਹਿੰਦਾ ਤਾਂ ਉਹਨੂੰ ਏਡੀਸੀ ਵਿਕਾਸ ਲਾਇਆ ਜਾਂਦਾ ਜਿਸ ਬੰਦੇ ਬਾਰੇ ਪਤਾ 20 ਤਰੀਕ ਨੂੰ ਉਹਨੂੰ ਡੀਡੀਪੀਓ ਪ੍ਰਮੋਟ ਕੀਤਾ ਕਿ ਉਹਨੇ ਤਾਂ 28 ਫਰਵਰੀ ਨੂੰ ਰਿਟਾਇਰ ਹੋ ਜਾਣਾ ਹੈ ਹੋਣਾ ਮੁੱਖ ਸਕੱਤਰ ਸਾਹਿਬ ਨੇ ਅਨੁਰਾਗ ਬਰਬਾਜੀ ਪਤਾ ਸਰਕਾਰ ਨੂੰ ਵੀ ਲੱਗ ਗਿਆ ਵੀ ਪੰਗਾ ਪੈ ਗਿਆ ਸੁਖਪਾਲ ਖੈਰੇ ਵਰਗੇ ਬਾਲ ਦੀ ਖਾਲ ਉਹਦੇੜ ਲੈਂਦੇ ਐ ਪਹਿਲਾਂ ਇੱਕ ਮਾਮਲਾ ਸੀ ਉਹਦੇ ਵਿੱਚ ਤਾਂ ਮੰਤਰੀ ਸਾਹਿਬ ਨੂੰ ਬਚਾਲਿਆ ਗਿਆ ਹੁਣ ਇੱਕ ਕਾਗਜੀ ਪੱਤਰੀ ਮਾਮਲਾ ਆ ਗਿਆ ਸਾਰਾ 8 ਬੰਦਿਆਂ ਤੇ ਪਰਚਾ ਦਰਜ ਹੋ ਗਿਆ ਇਹ ਕਥਤ ਏਡੀਸੀ ਕੁਲਦੀਪ ਸਿੰਘ ਦੇ ਸਵੇਤ ਇਹ ਵੀ ਪਤਾ ਲੱਗਿਆ ਕਿ ਮਹਿਕਮੇ ਨੇ ਉਹਦੇ ਬੈਨੀਫਿਟ ਲਾਭ ਵਗੈਰਾ ਰੋਕ ਲਏ ਨੇ ਜਿਹੜੇ ਉਹਨੂੰ ਸੇਵਾ ਮੁਕਤੀ ਤੇ ਮਿਲਨੇ ਸੀ ਇਹ ਪਰਚਾ ਦਰਜ ਕੀ ਹੋਇਆ ਹੈ ਭਾਰਤੀ ਦੰਡਾਵਲੀ ਦੀ ਧਾਰਾ 409 420 120 ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਦਰਜ ਕੀਤੇ ਕੀਤੇ ਹੋਇਆ ਹੈ ਮੈਨੂੰ ਲੱਗਦਾ ਜਿਹੜੇ ਸੱਜਣਾ ਦੇ ਨਾਲ ਤੇ ਜ਼ਮੀਨ ਹੋਈ ਹੈ ਉਹਨਾਂ ਦੀਆਂ ਬੀਵੀਆਂ ਨੇ ਨਾਲ ਇਹਦੇ ਵਿੱਚ ਪਹਿਲਾਂ ਤਾਂ ਕੁਲਦੀਪ ਸਿੰਘ ਪਠਾਨਕੋਟ ਦਾ ਉਸ ਵੇਲੇ ਦਾ ਏਡੀਸੀ ਵਿਕਾਸ ਫਿਰ ਪ੍ਰੀਤੀ ਬੀਨਾ ਇੰਦਰਜੀਤ ਇੰਦਰਦੀਪ ਕੌਰ ਭਾਰਤੀ ਵੰਟਾ ਤਰਸੇਮ ਰਾਣੀ ਬਲਵਿੰਦਰ ਕੌਰ ਮਨਜੀਤ ਕੌਰ ਪ੍ਰਵੀਨ ਕੁਮਾਰੀ ਇਹਨਾਂ ਸਾਰਿਆਂ ਦੇ ਵਿਰੁੱਧ ਪਰਚਾ ਦਰਜ ਕਰ ਦਿੱਤਾ ਗਿਆ ਅਪਰੋਖਤ 120ਵੀਂ ਧਾਰਾ ਇਹੋ ਜੀ ਆ ਕਿ ਜੇ ਹੋਰ ਵੀ ਕੋਈ ਨਜ਼ਰ ਆਏ ਕੋਈ ਪੰਚਾਇਤ ਭਾਗ ਦੇ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਹੀ ਨਿਭਾਈ ਜਾਂ ਕੋਈ ਹੋਰ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਉਧਰੋਂ ਪਰ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਟਵੀਟ ਕੀਤਾ ਸਿੱਧਾ ਮੋੱਖ ਮੰਤਰੀ ਭਗਵੰਤ ਮਾਨ ਨੂੰ ਕਿ ਮਾਨ ਸਾਹਿਬ ਭ੍ਰਿਸ਼ਟਾਚਾਰ ਵਿਰੁੱਧ ਤੁਹਾਡੀ 0 ਟੋਲਰੈਂਸ ਹੈ 92 ਏਕੜ ਜ਼ਮੀਨ ਪ੍ਰਾਈਵੇਟ ਬੰਦਾ ਤੇ ਨਾਂ ਤੇ ਹੋ ਜਾਣੀ ਇਹਦੇ ਵਿੱਚ ਵੀ ਤਾਂ ਗੱਫੇ ਵੰਡੇ ਗਏ ਹੋਣਗੇ ਉਹ ਕਿੱਥੋਂ ਕਿੱਥੋਂ ਤੱਕ ਪਹੁੰਚੇ ਕਰੋਪੜਤਾਲ ਉਹਨਾਂ ਨੇ ਤਾਂ ਕਹਿਤਾ ਕਿ ਸਬੰਧਤ ਮੰਤਰੀ ਜਾਂ ਮੰਤਰੀਆਂ ਇਹਨਾਂ ਦੀ ਪੜਤਾਲ ਕਰੋ ਪੰਚਾਇਤ ਮਹਿਕਮੇ ਦੀ ਪੜਤਾਲ ਕਰੋ ਕਿ ਜਿਨ੍ਹਾਂ ਨੇ ਨੇਮ ਛਿੱਕੇ ਤੇ ਟੰਗ ਕੇ ਇਸ ਬੰਦੇ ਨੂੰ ਇੱਕ ਹਫ਼ਤੇ ਚ ਦੋ ਵਾਰ पदोन्नत ਕਰਤਾ ਪਰ ਸੋਨਲ ਵਿਭਾਗ ਦੇ ਨਿਜਮ ਛਿੱਕੇ ਤੇ ਟੰਗ ਤੇ ਦੇਖੀ ਨਹੀਂ ਗਏ ਇਹਦਾ ਮਤਲਬ ਇਹ ਕਾਲਾ ਮਾਲਾ ਕਥਤ ਰੂਪ ਦੇ ਵਿੱਚ ਕਾਫੀ ਵੱਡਾ ਹੈ ਇਸ ਚੀਜ਼ ਨੇ ਸਰਕਾਰ ਦੇ ਅਕਸ ਨੂੰ ਢਾਹ ਲਾਈ ਹੈ ਇਸੇ ਕਰਕੇ ਤਾਂ ਹੁਣ ਇਹ ਚੱਲ ਰਹੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਕੁਝ ਮੰਤਰੀਆਂ ਦੀ ਛੰਟੀ ਹੋ ਸਕਦੀ ਹੈ ਕੁਝ ਨਵੇਂ ਚਿਹਰੇ ਆ ਸਕਦੇ ਐ ਮੁੱਖ ਮੰਤਰੀ ਸਾਹਿਬ ਜਿਹੜੇ ਖੁਦ ਆਪ ਦੇ ਆਪ ਦਾ ਉਹਨਾਂ ਦਾ ਇਮਾਨਦਾਰੀ ਵਾਲੀ ਸ਼ਬੀ ਹੈ ਆਸ-ਪਾਸੇ ਕੋਈ ਗੱਲ ਅਜੇ ਤੱਕ ਉਹਨਾਂ ਬਾਰੇ ਆਈ ਨਹੀਂ ਕੱਲ ਕੋਈ ਆਜੇ ਮੈਂ ਕਹਿ ਨਹੀਂ ਸਕਦਾ ਕੱਲ ਨਾ ਕਾਲ ਦਾ ਤੇ ਉਹਨਾਂ ਦੇ ਮੰਤਰੀ ਮੰਡਲ ਇਹ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਡਾਕਟਰ ਨਮੋਨ ਸਿੰਘ ਖੁਦ ਮਾਨਦਾਰ ਸੀ ਤੇ ਉਹਨਾਂ ਦੇ ਘੇਰੇ ਘੇਰੇ ਤੁਰਦੇ ਮੰਤਰੀ ਚੌਂਟੇ ਚੱਕੀ ਜਾਂਦੇ ਸੀ। ਮੁਹੰਮਦ ਸਦੀਕ ਸਾਹਿਬ ਦਾ ਇੱਕ ਗੀਤ ਹੈ ਕਿ ਆਗੀ ਰੋਡਵੇਜ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਵਾਰੀ। ਉਹਦੇ ਵਿੱਚੋਂ ਲਾਸਟ ਤੇ ਜਾ ਕੇ ਕਹਿੰਦੇ ਆ ਅਸੀਂ ਮੁਖਤ ਬਦਨਾਮ ਅਫਸਰ ਚੌਂਟੇ ਚੁੱਕਦੇ ਨੇ। ਇਹ ਜਿਹੜੇ ਨਾਲਦਿਆਂ ਨੇ ਚੌਂਟੇ ਚੁੱਕੇ ਆ ਉਹਦਾ ਸੇਕ ਸਰਕਾਰ ਦੇ ਅਕਸ ਤੇ ਪੈਂਦਾ ਹੈ। ਇਹਨੂੰ ਤੁਰੰਤ ਪੱਦਰ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ-ਜਿਹੜੇ ਵੀ ਇਹਦੇ ਵਿੱਚ ਲਿਫਟੇ ਆ ਕੋਈ ਲਹਾਜ਼ਰੀ ਕਰਨੀ ਚਾਹੀਦੀ ਉਹਨਾਂ ਨੂੰ ਉਹਨਾਂ ਦਾ ਸਹੀ ਥਾਂ ਦਿਖਾਉਣਾ ਚਾਹੀਦਾ ਜੀ ਤੁਸਾ ਸ਼ਰੋਮਣੀ ਅਕਾਲੀ ਦਲ ਦੇ ਐਡਵੋਕੇਟ ਨੇ ਜੀ ਅਰਸ਼ਦੀਪ ਸਿੰਘ ਕਲੇਰ ਬਣਾ ਚੰਡੀਗੜ੍ਹ ਦੇ ਵਿੱਚ ਮੁੱਖ ਦਫ਼ਤਰ ਦੇ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਹਦੇ ਚਾਲ ਦਾ ਸਰਕਾਰ ਤਰ੍ਹਾਂ ਨਿਸ਼ਾਨੇ ਸਾਧਦੇ ਨੇ ਜੀ ਦੇਖੋ ਅਰਸ਼ਦੀਪ ਸਿੰਘ ਕਲੇਰ ਇਹਨਾਂ ਦੇ ਕਾਨੂੰਨੀ ਸਲਾਹਕਾਰ ਦੀ ਟੀਮ ਦੇ ਵਿੱਚ ਨੇ ਪਟਿਆਲੇ ਦੇ ਇੱਕ ਬਹੁਤ ਸੀਨੀਅਰ ਵਕੀਲ ਸਰਦਾਰ ਸਤਨਾਮ ਸਿੰਘ ਕਲੇਰ ਉਹਨਾਂ ਦੇ ਸੁਪੁੱਤਰ ਨੇ ਇਹ ਆਪਣੇ ਸ਼ਹਿਰ ਨਾਲ ਸੰਬੰਧਿਤ ਹੈ ਸਾਡਾ ਤਾਂ ਇਸ ਪਰਿਵਾਰ ਦੇ ਨਾਲ ਵੈਸੇ ਹੀ ਬਹੁਤ ਮਿੱਤਰਤਾ ਵਾਲਾ ਮਾਹੌਲ ਹੈ ਸਾਡੇ ਹੱਥਾਂ ਦੇ ਵਿੱਚ ਹੀ ਇਹਨੇ ਵਕਾਲਤ ਕੀਤੀ ਹੈ ਅਰਸ਼ਦੀਪ ਸਿੰਘ ਕਲੇਰ ਨੇ ਹੁਣ ਸਰਕਾਰ ਨੂੰ ਨਿਸ਼ਾਨਾ ਧਰ ਲਿਆ ਉਹ ਕਹਿੰਦੇ ਜਿਹੜੀ ਕਾਂਗਰਸ ਨੂੰ ਤੁਸੀਂ ਗਾਲਾਂ ਕੱਢਦੇ ਸੀ ਅੱਜ ਉਸੇ ਕਾਂਗਰਸ ਨਾਲ ਹੁਣ ਤੁਹਾਡੇ ਸਮਝੌਤੇ ਹੋ ਰਹੇ ਐ ਅਵਰਿੰਦਰ ਸਿੰਘ ਰਾਜਾ ਬੜਿੰਗ ਦੇ ਵੇਲੇ ਕੁਝ ਬਾੜੀਆਂ ਦਾ ਮਾਮਲਾ ਆਇਆ ਸੀ ਪੀਆਰਟੀਸੀ ਦੀਆਂ ਬੱਸਾਂ ਦਾ ਰੋਡਵੇਜ ਦੀਆਂ ਬੱਸਾਂ ਦਾ ਉਹ ਕਲੀਅਰ ਹੋ ਗਿਆ। तमाम किस्म ਦੇ ਦੋਸ਼ ਉਹਨਾਂ ਨੇ ਲਾਏ ਨੇ। ਔਰ ਉਹ ਕਾਂਗਰਸ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਬੀਬੀ ਹਰਸਵਰਤ ਕੌਰ ਬਾਦਲ ਨੇ ਵੀ ਪਾਰਲੀਮੈਂਟ ਦੇ ਵਿੱਚ ਕਾਂਗਰਸ ਦੇ ਦੋਸ਼ ਲਾਏ ਨੇ ਕਿ ਕਾਂਗਰਸ ਦਾ 1984 ਦੇ ਜਿਹੜਾ ਕਤਲੇਆਮ ਆ ਉਹਦੀ ਦੋਸ਼ਨ ਹੈ। ਤੋਂ ਕਲੀਅਰ ਸਾਹਿਬ ਨੇ ਸਰਕਾਰ ਤੋਂ ਸਵਾਲ ਪੁੱਛਿਆ ਹੈ। ਕਿ ਜਿੰਨਾ ਕਾਂਗਰਸੀਆਂ ਦੇ ਪਿੱਛੇ ਹੁਣ ਤੱਕ ਤੁਸੀਂ ਇਹ ਕਹਿੰਦੇ ਸੀ ਕਿ ਇਹ ਤਾਂ ਭ੍ਰਿਸ਼ਟਾਚਾਰ ਦੀ ਮਾਂ ਨੇ ਹੁਣ ਉਹ ਸਾਰੇ ਦੁੱਧ ਤੁੱਤੇ ਬਣ ਜਾਣਗੇ ਉਹਨਾਂ ਨੂੰ ਲਾਭ ਦਿੱਤਾ ਜਾਵੇਗਾ ਔਰ ਕਹਿੰਦੇ ਸਰਕਾਰ ਪੰਜਾਬ ਤੋਂ ਥੋੜੀ ਚੱਲਦੀ ਹੈ ਇਹ ਤਾਂ ਸਾਰੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਨਵੇਂ ਹੁਕਮ ਲੈਣ ਵਾਸਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਦਿੱਲੀ ਚਲੇ ਗਏ ਸੋ ਪਤਾ ਨਹੀਂ ਕਿੱਥੇ ਕੀ ਆ ਕਿੱਥੇ ਕੀ ਨਹੀਂ ਪਰ ਵਿਰੋਧੀ ਪਾਰਟੀ ਦੇ ਉਹ ਬੁਲਾਰੇ ਨੇ ਤੇ ਉਹਨਾਂ ਦਾ ਇਲਜ਼ਾਮ ਲਾਉਣਾ ਬੰਦ ਹੈ ਸਰਕਾਰ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਹੈ ਜੀ ਟੋਲ ਸਾਹਿਬ ਜਗਦੀਸ਼ ਟਾਇਟਰ ਨੂੰ ਕੋਰਟ ਦੇ ਵਿੱਚ ਇੱਕ ਵੱਡੀ ਰਾਹਤ ਮਿਲੀ ਹੈ ਕਹਿੰਦੇ ਕੋਰਟ ਨੇ ਮਨਜ਼ੂਰੀ ਦੇ ਦਿੱਤੀ ਹੈ ਕਿ ਉਹਨਾਂ ਦੀ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਹੋਏਗੀ ਵਕੀਲਾਂ ਨੇ ਹਵਾਲਾ ਦਿੱਤਾ ਹੈ ਕਿ ਜੋ ਕਿ ਸਿੱਖਾਂ ਵੱਲੋਂ ਉਹਨਾਂ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਿਹਦੇ ਚੱਲਦੇ ਇਹ ਹੁਕਮ ਸੁਣਾਇਆ ਗਿਆ ਕੋਰਟ ਵੱਲੋਂ ਜੀ ਦੇਖੋ ਅਦਾਲਤ ਕਈ ਵਾਰੀ ਸਮੇਂ ਦੀ ਨਜਾਕਤ ਨੂੰ ਵੇਖਦੀ ਹੁੰਦੀ ਹੈ ਔਰ ਮੇਰਾ ਖਿਆਲ ਅਦਾਲਤਾਂ ਵਿੱਚ ਬਹੁਤ ਸਾਰੀਆਂ ਭੀੜਾਂ ਕਰਨ ਦੀ ਥਾਤੇ ਉਹਨਾਂ ਨੂੰ ਪ੍ਰਬੰਧ ਕਰਨੇ ਪੈਣਗੇ ਦੂਜਾ ਇਹ ਅਦਾਲਤ ਦਾ ਪ੍ਰੈਰੋਗੇਟਿਵ ਹੈ ਮਾਨਯੋਗ ਜੱਜ ਸਾਹਿਬ ਦਾ ਉਹਨਾਂ ਨੇ ਫੈਸਲਾ ਲੈਣਾ ਉਹਨਾਂ ਨੇ ਫੈਸਲਾ ਲੈ ਲਿਆ ਹੈ ਕਿ ਜਗਦੀਸ਼ ਟਾਈਟਲਰ ਦੀ ਜਿਹੜੀ ਪੇਸ਼ੀ ਹੈ ਉਹ ਵੀਡੀਓ ਕਾਨਫਰੰਸ ਰਾਹੀਂ ਕਰਾ ਦਿੱਤੀ ਜਾਵੇ ਆ ਸਾਡੇ ਬਹੁਤ ਸਾਰੇ ਗੈਂਗਸਟਰ ਅੱਜਕੱਲ ਵੀਡੀਓ ਕਾਨਫਰੰਸਾਂ 'ਚ ਰਾਹੀਂ ਹੋ ਰਹੇ ਨੇ ਮੇਰਾ ਤਾਂ ਖਿਆਲ ਸਾਰੀਆਂ ਹੀ ਪੇਸ਼ੀਆਂ ਜਿਹਦੇ ਵਿੱਚ ਨਿਆਂਕ ਰਸਤਾ ਨੇ ਉਹ ਤਾਂ ਖਾਸ ਕਰ ਇਹ ਵੀਡੀਓ ਕਾਨਫਰੰਸ ਰੈਕਡ ਕਰ ਦਿਨੇ ਚਾਹੀਦੀਆਂ ਨੇ ਕਈ ਵਾਰ ਇਹੋ ਜਿਹੇ ਬੰਦਿਆਂ ਦਾ ਰੌਲਾ ਬਹੁਤ ਪੈਂਦਾ ਤੇ ਉਹਦਾ ਕਿਤੇ ਭਾਈਚਾਰਕ ਸਾਜ ਦੇ ਵਿੱਚ ਨੁਕਸਾਨ ਨਾ ਹੋ ਜਾਵੇ ਆਪਸ ਵਿੱਚ ਦੀ ਝਿੜਣਾ ਪੈਣ ਅਜਿਹੇ ਹਾਲਾਤਾਂ ਤੋਂ ਬਚਣ ਲਈ ਜਿਹੜਾ ਦੇਖੋ ਜੇ ਉਹਨੇ ਪਾਪ ਕੀਤਾ ਕਥਤ ਰੂਪ ਦੇ ਵਿੱਚ ਤਾਂ ਅਦਾਲਤ ਦੇ ਵਿੱਚ ਉਹਦੀ ਅਜੇ ਉਹਨੂੰ ਪੇਸ਼ੀਆਂ ਤੋਂ ਛੋਟ ਮਿਲ ਜੇ ਉਹਦੇ ਨੂੰ ਅਗਾਊਂ ਜ਼ਬਾਨਤ ਮਿਲ ਜੇ ਉਹਨੂੰ ਵਿਦੇਸ਼ ਜਾਣ ਦੀ ਆਗਿਆ ਮਿਲ ਜੇ ਪਰ ਇਹ ਕੇਸ ਅਜੇ ਸਿਰੇ ਨਹੀਂ ਲੱਗਿਆ ਜਦੋਂ ਸਿਰੇ ਲੱਗੇਗਾ ਫਿਰ ਦੇਖਾਂਗੇ ਉਹ ਬਾਇਜਤ ਭਰੀ ਹੁੰਦਾ ਹੈ ਜਾਂ ਇਹਨਾਂ ਮਾਮਲਿਆਂ ਦੇ ਵਿੱਚ ਅਦਾਲਤਾਂ ਤੋਂ ਰੋ ਸਜ਼ਾ ਸੁਣਾਉਂਦੀ ਹੈ ਤੁਲਸੀ ਸਾਹਿਬ ਕਾਂਗਰਸ ਦੇ ਆਧੀਰ ਰੰਜਨ ਚੌਧਰੀ ਦੇ ਬਿਆਨ ਤੇ ਲੋਕ ਸਭਾ ਦੇ ਵਿੱਚ ਹੰਗਾਮਾ ਹੋ ਗਿਆ ਜੀ ਦੇਖੋ ਬੜੇ ਲੰਬੇ ਸਮੇਂ ਤੋਂ ਇਹ ਜਿਹੜੀ ਪੁਰਾਣੀ ਸਾਡੀ ਮਹਾਭਾਰਤ ਸੀ ਉਹਦੇ ਵਿੱਚ ਕਿਵੇਂ-ਕਿਵੇਂ ਵਾਪਰਿਆ ਉਹ ਉਦਾਹਰਨ ਕਦੇ-ਕਦੇ ਨਵਜੋਤ ਸਿੰਘ ਸਿੱਧੂ ਵੀ ਦਿਆ ਕਰਦੇ ਸੀ ਹੁਣ ਉਹ ਉਦਾਹਰਨ ਅਦੀਨ ਰੰਜਨ ਚੌਧਰੀ ਸਾਹਿਬ ਨੇ ਉੱਥੇ ਦਿੱਤੀ ਹੈ ਕਿਤਰ ਰਾਸ਼ਟ੍ਰ ਜਿਹਾ ਜਹਾਜ਼ ਸੀ ਸਾਡਾ ਅੱਜ ਦਾ ਰਾਜਾ ਭਾਪ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਬੰਦੇ ਨੇ नेत्रहीन ਨੇ ਇਹਨਾਂ ਨੂੰ ਮਨੀਪੁਰ ਦੇ ਵਿੱਚ ਵਾਪਰੀਆਂ ਘਟਨਾਵਾਂ ਦਿਸੀਆਂ ਨਹੀਂ ਇਹਨਾਂ ਨੂੰ ਨੂਹ ਦੇ ਵਿੱਚ ਵਾਪਰੀਆਂ ਬਤਾਂ ਘਟਨਾਵਾਂ ਦਾ ਦਿਖੀਆਂ ਨਹੀਂ ਇਹ ਚੀਜ਼ ਨੂੰ ਲੈ ਕੇ ਜਿਹੜੀ ਹਾਕਮ ਤਰ੍ਹਾਂ ਉਹਨਾਂ ਨੇ ਜ਼ਬਰਦਸਤ ਉੱਥੇ ਹਗਾਮਾ ਕੀਤਾ ਉਸ ਜ਼ਬਰਦਸਤ ਹਗਾਮੇ ਤੋਂ ਬਾਅਦ ਫਿਰ ਕਹਿੰਦੇ ਆ ਕਿ ਉਹ ਬਾਈਕਾਟ ਕਰ ਗਏ ਪਤਾ ਨਹੀਂ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ 4 ਵਜੇ ਆਪਣਾ ਪੱਖ ਵੀ ਰੱਖਣਾ ਹੈ ਉਹ ਵੀ ਬਹੁਤ ਵੱਤਪੂਰਨ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕੀ ਨੇ ਇਹਦਾ ਜਵਾਬ ਕਿਵੇਂ ਦਿੰਦੇ ਨੇ ਪਰ ਇੱਕ ਗੱਲ ਜ਼ਰੂਰ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਇਹ ਜਵਾਬ ਕਿਉਂ ਮਨੀਪੁਰ ਗਏ ਕਿਉਂ ਨਹੀਂ ਉਹਦੇ ਤੇ ਹੁਣ ਤੱਕ ਬੋਲੇ ਕਿਉਂ ਨਹੀਂ ਉਹਨਾਂ ਦੇ ਜਵਾਬ ਤੋਂ ਵਿਰੋਧੀ ਤਰ ਸੰਤੁਸ਼ਟ ਹੁੰਦੀ ਹੈ ਨਹੀਂ ਹੁੰਦੀ ਕੱਲ ਦਾ ਦਿਨ ਰਹਿ ਗਿਆ ਜਿੰਨਾ ਕੁ ਰੌਲਾ ਰੱਪਾ ਇਹਨਾਂ ਨੇ ਪਾਉਣਾ ਸੀ ਪਾਲਿਆ ਤੇ ਕੱਲ ਨੂੰ ਇਸ ਜਿਹੜਾ ਸੈਸ਼ਨ ਹੈ ਉਹ ਉਠਾ ਦਿੱਤਾ ਜਾਣਾ ਇਹਨੂੰ ਇੱਥੇ ਖਤਮ ਕਰਨਾ ਹੈ ਜਾਂ ਅਣ ਮਿਥੇ ਸਮੇਲੇ ਉਠਾ ਦਿੱਤਾ ਜਾਣਾ ਹੈ ਇਹ ਤਾਂ ਕੱਲ ਪਤਾ ਲੱਗੇਗਾ ਜੀ ਮੰਤਰੀ ਬਲਜੀਤ ਕੌਰ ਵੱਲੋਂ ਕਿਹਾ ਗਿਆ ਕਿ ਜਿਹੜੀਆਂ ਮਹਿਲਾਵਾਂ ਸਿਆਸਤ ਸਰਗਰਮੀਆਂ ਦੇ ਵਿੱਚ ਹਿੱਸਾ ਲੈਣ ਗਈਆਂ ਸੀ ਅੰਗਣਵਾੜੀ ਵਰਕਾਂ ਦੇ ਉੱਤੇ ਕਾਰਵਾਈ ਹੋਵੇਗੀ ਜੀ 150 ਦੇ ਕਰੀਬ ਹੈ ਜੀ ਉਹ ਜਿਹੜੀ ਇੱਕ ਪ੍ਰਧਾਨ ਬਣਾਈ ਹੈ ਅੰਗ ਇਸਤਰੀ ਕਾਲੀਦਾਲ ਦੀ ਕਿ ਹਰਪ੍ਰਗਵਨ ਕਰੋਦਾ ਹਰ ਹਰ ਗੋਬਿੰਦ ਕੌਰ ਹਰ ਗੋਬਿੰਦ ਕੌਰ ਮਾਫ ਕਰਨਾ ਹਰ ਗੋਬਿੰਦ ਕੌਰ ਹਰ ਗੋਬਿੰਦ ਕੌਰ ਪ੍ਰਧਾਨ ਬਣਦੀ ਹੈ ਇਸ ਸਥਿਤੀ ਇਹੋ ਜੀ ਬਣ ਗਈ ਹੈ ਜਿਵੇਂ ਗੁਰਦਾਸ ਮਾਨ ਸਾਹਿਬ ਕਹਿੰਦੇ ਆ ਨਾ ਉਹ ਗੀਤ ਹੈ ਕਿ ਖੱਟਿਆ ਮੈਂ ਤੇਰੀ ਹੀਰ ਬਣ ਕੇ ਕਹਿੰਦੀ ਨਾਂ ਮੈਂ ਸਹੁਰਿਆਂ ਦਾ ਮੈਂ ਮਾਪਿਆਂ ਨੇ ਰੱਖੀ ਨਾਂ ਮੈਂ ਸਹੁਰਿਆਂ ਦੀ ਹੋਈ ਜੀ ਹੈਨਾ ਉਹ ਕਹਿੰਦੇ ਵੀ ਨਾ ਉਧਰ ਦੇ ਨਾ ਉਧਰ ਦੇ ਜੇ ਕੱਲ ਨੂੰ ਹਰ ਗੋਬਿੰਦ ਕੌਰ ਨੂੰ ਅਕਾਲੀ ਦਲ ਦੇ ਬੀਬੀਆਂ ਦੇ ਦਬਾਅ ਹੇਠਾ ਹਟਾਤਾ ਜੀਦਾ ਮੈਨੂੰ ਲੱਗਦਾ ਨਹੀਂ ਕੋਈ ਬਹੁਤਾ ਗੱਲਬਾਤ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸੁਭਾਅ ਆਪਣੇ ਕਿਸਮ ਦਾ ਹੈ ਸੋ ਉਹਨੂੰ ਲੈ ਕੇ ਇਹ ਜਿਹੜੀਆਂ ਆਂਗਣਵਾੜੀ ਵਰਕਰ ਐ ਸਿਆਸੀ ਸਰਗਰਮੀਆਂ ਦੇ ਵਿੱਚ ਭਾਗ ਲੈਂਦੀਆਂ ਨੇ ਇਹਨਾਂ ਨੂੰ ਨੋਟਿਸ ਜਾਰੀ ਕਰਤੇ ਆ ਕਿ ਆਓ ਜਵਾਬ ਦਿਓ ਇਹ ਦੁਨਣਾ ਪਾਸੇ ਤੋਂ ਫਸ ਗਈਆਂ ਨੇ ਹਾਲਾਂਕਿ ਸਾਰਗੈ ਸਿਆਸੀ ਪਾਰਟੀਆਂ ਦੇ ਮੁਲਾਜ਼ਮ ਬਿੰਗ ਕਾਇਮ ਨੇ ਜੀ ਬੇਨਤੀ ਕਰਾਂ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੀਆਂ ਇਹ ਆਂਗਣਵਾੜੀ ਵਰਕਰ ਨੇ ਇਹਨਾਂ ਵਾਸਤੇ ਦੂਰੀ ਮਾਰਦਾ ਉਹ ਸਾਰਾ ਸਿਸਟਮ ਸਾਹਮਣੇ ਆ ਰਿਹਾ ਹੈ ਜੀ ਟ੍ਰਿਲ ਸਾਹਿਬ ਚਰਨਜੀਤ ਕੌਰ ਵੱਲੋਂ ਕੁੱਕ ਸੁਣਨੀ ਹੋਣ ਤੋਂ ਬਚਾਉਣ ਦਾ ਵਾਸਤਾ ਪਾਇਆ ਗਿਆ ਜੀ ਇਹ ਬੀਬੀ ਹੈ ਜੀ ਪਿੰਡ ਲੰਬੀ ਜिले ਦਾ ਪਿੰਡ ਹੈ ਫਤੂਹੀ ਵਾਲਾ ਖੇਤ ਮਜ਼ਦੂਰ ਹੈ ਇਸ ਬੀਬੀ ਦਾ ਪੁੱਤਰ ਜਸਵਿੰਦਰ ਸਿੰਘ ਉਰਫ ਗੋਰਖਾ 19 ਸਾਲ ਨਸ਼ੇ ਦੇ ਟੀਕੇ ਲਾਉਂਦਾ ਸੀ ਸਵਾ ਮਹੀਨਾ ਇਹ ਪਹਿਲਾ ਦਮ ਤੋੜ ਗਿਆ ਉਸ ਤੋਂ ਪਹਿਲਾਂ ਇਹਦਾ ਵੱਡਾ ਪੁੱਤਰ ਆ ਜਿਹੜਾ ਗੋਰਖਾ ਤਾਂ ਹੋਣ ਹੋਇਆ ਵੱਡਾ ਪੁੱਤਰ ਉਹਦਾ ਨਾਮ ਚੰਨਣ ਹੈ ਉਹ ਵੀ ਦਮ ਤੋੜ ਗਿਆ ਸੀ ਨਸ਼ੇ ਦੀ ਓਵਰਡਰੋਜ ਕਰਕੇ 34 ਦਿਨ ਪਹਿਲਾਂ ਤੇ ਤੀਸਰੇ ਪੁੱਤਰ ਦਾ ਨਾਮ ਹੈ ਧਰਮਵੀਰ ਕਹਿੰਦੇ ਰਾਹ ਉਸੇ ਤੇ ਉਹ ਚੱਲਿਆ ਵੈ ਬੰਦੇ ਖੇਤ ਮਜ਼ਦੂਰ ਨੇ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਆ ਤੇ ਫਿਰ ਜਿਹੜੇ ਇਹ ਕਹਿੰਦੇ ਆ ਕਿ ਨਸ਼ਾ ਹੈ ਕਿੱਥੇ ਕਹਿੰਦੇ ਜਿਸ ਤਨ ਲੱਗੇ ਸੋਈ ਜਾਣੇ ਕੌਣ ਜਾਣੇ ਪੀੜ ਪਰਾਈ ਉਹਨਾਂ ਲੋਕਾਂ ਨੂੰ ਕੀ ਪੀੜ ਪਤਾ ਲੱਗੇ ਦੂਜਿਆਂ ਦੀ ਆਪਦੇ ਜਦੋਂ ਲੱਗਦੀ ਹੈ ਫਿਰ ਪਤਾ ਲੱਗਦਾ ਇਹ ਬਹੁਤ ਘਰ ਘਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੋਇਆ ਇਹੋ ਕਾਰਨ ਹੈ ਕਿ ਮਾਲਵੇ ਦੇ ਪਿੰਡਾਂ ਵਿੱਚ ਲੋਕਾਂ ਨੇ ਹੁਣ ਜਿਹੜੇ ਠਿਕਰੀ ਪਹਿਰੇ ਵੀ ਲਾਲੇ ਨੇ ਤੇ ਉਹਨਾਂ ਨੇ ਜਿਹੜੀ ਨਸ਼ਾ ਰਖਿਆ ਕਮੇਟੀਆਂ ਵੀ ਪਿੰਡ-ਪਿੰਡ ਦੇ ਵਿੱਚ ਬਣਾ ਲੀਆਂ ਨੇ ਇਹ ਅਸਰ ਦੂਜੇ ਪਾਸੇ ਵੀ ਜਾਂਦਾ ਜਾ ਰਿਹਾ ਹੈ ਮੇਰੀ ਬਰਾਦਰ ਸਾਰੀ ਸਰਕਾਰ ਨੂੰ ਬੇਨਤੀ ਹੈ ਕਿ ਇਹ ਮੁੱਦੇ ਇਹੋ ਜਿਹੇ ਨੇ ਕਿਰਪਾ ਕਰੋ ਅਮਨ ਕਾਨੂੰਨ ਤੇ ਨਸ਼ੇ ਦੇ ਮਾਮਲੇ ਦੇ ਵਿੱਚ ਸਰਪਾਰਟੀ ਮੀਟਿੰਗ ਸੱਦੋ ਪੰਜਾਬ ਨੂੰ ਬਚਾਓ ਸਾਰਿਆਂ ਨੂੰ ਦਾ ਤੁਹਾਡਾ ਫਰਜ ਬੰਦਾ ਹੈ ਇਕੱਲੇ ਇਕੱਲੇ ਦਾ ਫਰਜ ਬੰਦਾ ਹੈ ਕਿ ਪੰਜਾਬ ਨੂੰ ਕਿਵੇਂ ਬਚਾਉਣਾ ਹੈ ਜੇ ਅੱਜ ਪੰਜਾਬ ਨਾ ਸਾਂਭਿਆ ਪੰਜਾਬ ਬਰਬਾਦ ਹੋ ਗਿਆ ਪਹਿਲਾਂ ਤਾਂ ਪਹਿਲੀ ਬਥੇਰਾ ਬਰਬਾਦ ਹੋ ਚੁੱਕਿਆ ਹੈ ਤੇ ਫਿਰ ਉਹ ਦਿਨ ਦੂਰ ਹੋ ਜਾਣਗੇ ਜਦੋਂ ਅਸੀਂ ਆਪਣੇ ਆਪ ਨੂੰ ਕਲੰਕਿਤ ਜਾਂ ਮਹਿਸੂਸ ਕਰਾਂਗੇ ਦੋਸ਼ੀ ਮਹਿਸੂਸ ਕਰਾਂਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਕਦੇ ਮਾਫ਼ ਨਹੀਂ ਕਰਨਾ ਜੀ ਤੇ ਸਰਬ ਨਿਯਮਾਂ ਦੇ ਉਲਟ ਜਿਨ੍ਹਾਂ ਨੂੰ ਤਰੱਕੀ ਦਿੱਤੀ ਗਈ ਉਹਨਾਂ ਨੂੰ ਵਾਪਸ ਲੈਣ ਦਾ ਮੁੱਦਾ ਪਕਿਆ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਦੇ ਵਿੱਚ ਇੱਕ ਵੱਡੀ ਚੁਣੌਤੀ ਬਣ ਸਕਦੈ ਨੇ ਇਹ ਵੀ ਉਹੀ ਕੰਮ ਹੈ ਕਿ ਮੁਖਤਧੀਆਂ ਰਿਓੜੀਆਂ ਸਿਆਸੀ ਰਿਓੜੀਆਂ ਜੀ ਆਪਾਂ ਕੱਲ ਵੀ ਇਹਦੇ ਤੇ ਗੱਲ ਕੀਤੀ ਸੀ ਹੁਣ ਤਾਜ਼ਾ ਪਤਾ ਲੱਗਿਆ ਕਿ 9000 ਦੇ ਕਰੀਬਾ ਪੰਜਾਬ ਪੁਲਿਸ ਦੇ ਵਿੱਚ ਜਿਨ੍ਹਾਂ ਨੂੰ ਇਹ ਰਿਓੜੀਆਂ ਮਿਲੀਆਂ ਨੇ ਤਰੱਕੀਆਂ ਦਿੱਤੀਆਂ ਨੇ ਸਰਕਾਰ ਨੇ ਤਕਰੀਬਨ 8 ਹਫ਼ਤਿਆਂ ਦਾ ਸਮਾਂ ਦਿੱਤਾ ਉੱਚ ਅਦਾਲਤ ਨੇ ਕਿ ਤੁਸੀਂ ਇਹਨਾਂ ਦੀਆਂ ਸਿਨੀਅਰਟੀ ਸੂਚੀ ਆ ਜਿਹੜੀ ਉਹ ਠੀਕ ਠਾਕ ਕਰੋ ਐਸ ਵੇਲੇ ਬਹੁਤ ਸਾਰੇ ਨੀਲੀਆਂ ਡੋਰੀਆਂ ਪਾਈ ਬੈਠੇ ਐ ਅਹੁਦੇ ਉਹਨਾਂ ਦੇ ਉਹ ਨਹੀਂ ਬਹੁਤ ਸਾਰੇ ਆਪਣੇ ਅਹੁਦਿਆਂ ਦੀ ਥਾਂ ਤੇ ਉੱਚ ਅਹੁਦਿਆਂ ਤੇ ਬੈਠੇ ਐ ਜਿਹੜੇ ਨੇ ਨੀਲੀ ਡੋਰੀ ਪਾਈ ਵੀ ਐ ਤੇ ਜੇ ਉਹ ਥਲੜੇ ਪੱਧਰ ਤੇ ਆ ਕੇ ਇੰਸਪੈਕਟਰ ਬਣ ਗਿਆ ਜਾਂ ਇਹ ਦੂ ਵੀ ਥੱਲੇ ਆ ਗਿਆ ਤਾਂ ਆਸਾ ਪਾਸਾ ਕਹੇਗਾ ਕਿ ਪਹਿਲਾਂ ਵੀ ਕੁਝ ਪੁਲਿਸ ਕਰਮਚਾਰੀ ਵਾਪਰੇ ਸੀ ਜਿਹੜੇ ਐਸਪੀ ਰੈਂਕ ਤੱਕ ਪਹੁੰਚ ਗਏ ਸੀ ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਅਸਲੀ ਰੈਂਕ ਤੇ ਲਿਆਂਦਾ ਠੋਡੀ ਡੀਐਸਪੀ ਤੱਕ ਆ ਗਏ ਸੀ ਜਾਂ ਇਹ ਦੂ ਵੀ ਥੱਲੇ ਜਾ ਸਕਦੇ ਆ ਇਹ ਸਾਰੇ ਦਾ ਸਾਰਾ ਮਾਮਲਾ ਜਿਹੜਾ ਹੈਗਾ ਉਹ ਪੰਜਾਬ ਤੇ ਹਰਿਆਣਾ ਵਿੱਚ ਅਦਾਲਤ ਨੇ ਹੁਕਮ ਦਿੱਤਾ ਪੁਲਿਸ ਵਿਭਾਗ ਨੂੰ ਇਹਨਾਂ ਦੀ ਸਨਿਆਰਥੀ ਸੂਚੀ ਸਹੀ ਰੂਪ ਦੇ ਵਿੱਚ ਨਿਜਮਤ ਕਰਕੇ ਸਾਡੇ ਕੋਲੇ ਲੈ ਕੇ ਆਓ ਮੇਰਾ ਖਿਆਲ ਤਕਰੀਬਨ ਇਹਨਾਂ ਨੂੰ 7-8 ਹਫ਼ਤਿਆਂ ਦਾ ਉਹ ਟਾਈਮ ਦਿੱਤਾ ਹੈਗਾ ਉਹਦੇ ਵਿੱਚ ਜ਼ਿਕਰ ਕੀਤਾ ਪੁਲਿਸ ਰੂਲ 132 ਇਹ 9000 ਦੇ ਕਰੀਬ ਥੋੜਾ ਨਹੀਂ ਹੁੰਦਾ ਤੇ ਜਦੋਂ 9000 ਪੁਲਿਸ ਮਲਾਜ਼ਮ ਆਪਦੇ ਪਹਿਲੇ ਰੈਂਕਾਂ ਤੇ ਆ ਗਿਆ ਤਾਂ ਕਾਫੀ ਅਹਿਮ ਗੱਲ ਨਜ਼ਰ ਆਵੇਗੀ ਜੀ ਤੁਲ ਸਾਹਿਬ TMC ਤੇ DMK ਦੇ ਸਰਕਾਰ ਤੇ ਮੂਲ ਕਦਰਸ਼ਕ ਬਣਨ ਦੇ ਦੋਸ਼ ਲਗਾਏ ਗਏ ਨੇ ਉਹ ਕਹਿੰਦੇ ਕਿ ਮਨੀਪੁਰ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਉਹਦੇ ਤੇ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਹੈ ਉਹਨਾਂ ਨੇ DMK ਦੀ ਸੰਸਦ ਮੈਂਬਰ ਕੰਨੀ ਮੋਜੀ ਕਾਫੀ ਲੰਬੇ ਸਮੇਂ ਤੋਂ ਉਹ ਚਰਚਾ ਚ ਰਹੇ ਹੈ ਪੁਲਿਸ ਕਹਿੰਦੇ ਅਨੁਪਾਤ ਸਰਕਾਰ ਨੂੰ ਵੱਧ ਕਰਨਾ ਚਾਹੀਦਾ ਸੀ ਲੋੜ ਪੈਂਦੀ ਜਿਵੇਂ ਰਾਹੁਲ ਗਾਂਧੀ ਸਾਹਿਬ ਨੇ ਕੱਲ ਕਿਹਾ ਕਿ ਫੌਜ ਸੱਦੀ ਜਾਣੀ ਚਾਹੀਦੀ ਸੀ ਪਰ ਸਰਕਾਰ ਨਕਾਮ ਰਹੀ ਹੈ ਤੇ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ ਉਹ ਕਹਿੰਦੇ ਕਿ ਜਦੋਂ ਇਹ ਵਿਰੋਧੀ ਧਿਰ ਵਾਲੇ ਬੋਲਦੇ ਨੇ ਤਾਂ ਕੈਮਰੇ ਕਿਸੇ ਪਾਸੇ ਹੋਰ ਹੀ ਕਰ ਦਿੱਤੇ ਜਾਂਦੇ ਨੇ ਤੇ ਜਦੋਂ ਇਹ ਬੋਲਣ ਹਾਕਮਦਰ ਵਾਲੇ ਤਾਂ ਸਿੱਧਾ ਫੋਕਸ ਕੀਤਾ ਜਾਂਦਾ ਹੈ ਇਹ ਸਾਰਾ ਕੁਝ ਇਹਨਾਂ ਨੇ ਕਿਹਾ ਕਿ ਮੁਗਿਰਦਾ ਸ਼ਿਕਾਏ ਉਧਰੋਂ ਜਿਹੜੇ ਉਹਨਾਂ ਦੇ ਇੱਕ ਆਗੂ ਨੇ ਕਿਰਤ ਸੁਲੰਕੀ ਉਹ ਕਹਿੰਦੇ ਜੀ ਕੀ ਬਾਤ ਹੈ ਬੜਾ ਰਾਮ ਰਾਜ ਆ ਇੱਥੇ ਤਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੋਦੀ ਸਾਹਿਬ ਨੇ ਉਹਨਾਂ ਦੀ ਅਗਵਾਈ ਵਿੱਚ ਤਾਂ ਚਾਰੇ ਪਾਸੇ ਤਰੱਕੀਆਂ ਹੀ ਤਰੱਕੀਆਂ ਤਰੱਕੀਆਂ ਹੀ ਤਰੱਕੀਆਂ ਤਰੱਕੀਆਂ ਹੀ ਤਰੱਕੀਆਂ ਹੋਈ ਜਾਂਦੀਆਂ ਨੇ ਇਹ ਨਹੀਂ ਦੱਸਿਆ ਵੀ ਕਿਹੜੀਆਂ ਤੇ ਬ੍ਰੁਦੀਤਰ ਦੱਸੀ ਜਾਂਦੀ ਹੈ ਰਾਹੁਲ ਗਾਂਧੀ ਸਾਹਿਬ ਨੇ ਵੀ ਕਹਿਤਾ ਕਿ ਦੋ ਬੰਦਿਆਂ ਦੀ ਮੰਦਿਆ ਮੋਦੀ ਸਾਹਿਬ ਇੱਕ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਦੀ ਤੇ ਇੱਕ ਅਡਾਨੀ ਸਾਹਿਬ ਦੀ ਜੀ ਹੋਰ ਤਾਂ ਕਿਸੇ ਦੀ ਗੱਲ ਹੀ ਨਹੀਂ ਮੰਨਦੇ ਆਮ ਤੌਰ ਤੇ ਨਹੀਂ ਬੰਦੇ ਕਹਿ ਦਿੰਦੇ ਆ ਕਿ ਹੋਮ ਡਿਪਾਰਟਮੈਂਟ ਘਰੇਲੂ ਘਰ ਵਾਲੀ ਦੀ ਬੰਦਿਆ ਉਹ ਤੋਂ ਸੁੱਖ ਨਾਲ ਹੋ ਸਖਨੇ ਨੇ ਅੱਡੀ ਰਹਿੰਦੇ ਆ ਇਹ ਗੱਲ ਉਹਨਾਂ ਦੇ ਲਾਗੂ ਹੀ ਨਹੀਂ ਹੁੰਦੀ ਜੀ ਸੋ ਵਿਰੋਧੀ ਧਿਰਾਂ ਨੇ ਕਾਫੀ ਨਿਸ਼ਾਨੇ कसे ਨੇ ਜੀ ਜੀ ਸਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ట్వీਟ ਕੀਤਾ ਉਹ ਕਹਿੰਨੇ ਮੈਂ ਪਹਿਲਾਂ ਹੀ ਕਿਹਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਪਰੀਮ ਕੋਰਟ ਦੇ ਵੀ ਨਹੀਂ ਮੰਨਦੇ ਜੋ ਸੁਪਰੀਮ ਕੋਰਟ ਕਾਨੂੰਨ ਲਿਆਂਦੀ ਆ ਉਹ ਲੋਕ ਸਭਾ ਦੇ ਵਿੱਚ ਲੈ ਕੇ ਉਹਨੂੰ ਰੱਦ ਕਰ ਦਿੰਦੇ ਮੰਨਦੇ ਹੀ ਨਹੀਂ ਜੀ ਚਰਚਾ ਉਹਨਾਂ ਨੇ ਉਹ ਬਿਲਾਂ ਲਈ ਕਰਤੀ ਜੀ ਦਿੱਲੀ ਸੇਵਾ ਬਿਲ ਚਰਚਾ ਇਹ ਵੀ ਚੱਲ ਰਹੀ ਹੈ ਕਿ ਚੋਣ ਕਮਿਸ਼ਨ ਲਾਉਣ ਵਾਸਤੇ ਜਿਹੜਿਆ ਬਿਉਤਬੰਦੀ ਕੀਤੀ ਸੀ ਉਹਦੇ ਵਿੱਚ ਇੱਕ ਮੁੱਖ ਜੱਜ ਸੁਪਰੀਮ ਕੋਰਟ ਨੂੰ ਵੀ ਲਿਆ ਗਿਆ ਸੀ ਅੱਜ ਚਰਚਾ ਚੱਲ ਰਹੀ ਹੈ ਜੇ ਮੈਨੂੰ ਇਹਦੀ ਪੂਰੀ ਪੁਸ਼ਟੀ ਤਾਂ ਨਹੀਂ ਹੋਈ ਜੀ ਕਿ ਸ਼ਾਇਦ ਉਹਦੇ ਵਿੱਚ ਵੀ ਕੋਈ ੜਿੱਕਾ ਪਾਇਆ ਜਾ ਰਿਹਾ ਹੈ ਉਹਨਾਂ ਨੇ ਤਾਂ ਇਸੇ ਤੇ ਗੱਲ ਕੀਤੀ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਜਿਹੜੀ ਲੋਕਤੰਤਰ ਦੇ ਵਿੱਚ ਲੋਕਤੰਤਰ ਪ੍ਰਣਾਲੀ ਉੱਚੀ ਹੁੰਦੀ ਹੈ ਨਾ ਕਿ ਕੋਈ ਹੋਰ ਉਹਦੀ ਵੀ ਨਾ ਮੰਨ ਕੇ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੀ ਜਿੱਦ ਪਗਾਈ ਹੈ ਔਰ ਦਿੱਲੀ ਦੇ ਵਿੱਚ ਲੈਫਟੀਨੈਂਟ ਗਵਰਨਰ ਨੂੰ ਜਿਹੜੀ ਆ ਪਾਵਰਾਂ ਦਿੱਤੀਆਂ ਇਹਦਾ ਮਤਲਬ ਲੋਕਤੰਤਰ ਵਿੱਚ ਲੋਕਾਂ ਦੀ ਤੋਹੀਨ ਕੀਤੀ ਹੈ ਲੋਕਾਂ ਦੇ ਫੈਸਲੇ ਨੂੰ ਮੂੰਹ ਚੜਾਇਆ ਹੈ ਜੀ ਇਹ ਉਹਨਾਂ ਨੇ ਕਿਹਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਟਿਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਬਹੁਤ ਮਿਹਰਬਾਨੀ। ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ। ਸਾਨੂੰ ਦੀਓ ਇਜਾਜ਼ਤ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ।